ਪੰਜਾਬ ਪੁਲਿਸ ਜੋ ਕਿ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ, ਹੁਣ ਇੱਕ ਵਾਰ ਫਿਰ ਖਾਕੀ ਵਰਦੀ ਉਸ ਮੌਕੇ ਦਾਗਦਾਰ ਹੋਈ ਜਦੋਂ ਪਠਾਨਕੋਟ ਦੇ ਥਾਣਾ ਮਾਮੂਨ 'ਚ ਬਤੌਰੇ ਐਸਆਈ ਤੈਨਾਤ ਪੁਲਿਸ ਅਧਿਕਾਰੀ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਜਾਣਕਾਰੀ ਮੁਤਾਬਕ ਇਸ ਮੁਲਾਜ਼ਮ ਨੇ 6000 ਰੁਪਏ ਦੀ ਮੰਗ ਕਿਸੇ ਮਾਮਲੇ ਨੂੰ ਸੁਲਝਾਉਣ ਲਈ ਕੀਤੀ ਸੀ, ਜਿਸ ਦੀ ਰਹਿੰਦੀ ਰਕਮ 'ਚੋਂ 4000 ਰੁਪਏ ਲੈਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ। ਕੰਪਲੇਂਟ ਸੀ ਹਮਾਰੀ, ਇੱਕ ਐਗਰੀਮੈਂਟ ਹੁਆ ਥਾ ਕਿਸੀ ਫਰਮ ਕੇ ਸਾਥ, ਤੋ ਵੋ ਐਗਰੀਮੈਂਟ ਕੈਂਸਲ ਕਰ ਰਹੇ ਥੇ ਹਮ ਲੋਗ, ਤੋ ਕੈਂਸਲ ਕਰਨੇ ਕੇ ਚੱਕਰ ਮੇਂ ਹਮਾਰੀ ਅਦਰ ਪਾਰਟੀ ਜੋ ਥੀ ਪੁਲਿਸ ਕੇ ਪਾਸ ਜਾਤੀ ਹੈ ਕਿ ਹਮੇਂ ਪੈਸਾ ਮਿਲ ਜਾਏ ਹਮਾਰੇ ਸੇ, ਲੇਕਿਨ ਵੋ ਡਾਇਰੈਕਟ ਹਮਾਰੇ ਪਾਸ ਨਹੀਂ ਆਤੀ ਹੈ। ਤੋ ਫਿਰ ਹਮਨੇ ਕਿਆ ਕਿਹਾ ਕਿ ਉਹਨੇ ਪੁਲਿਸ ਕੇ ਕੰਪਲੇਂਟ ਜੋ ਕੀ ਹੈ ਵੋ ਕੰਪਲੇਂਟ ਰਘੁਵੀਰ ਸਿੰਘ ASI ਕੇ ਪਾਸ ਗਈ ਥੀ। ਰਘੁਵੀਰ ਸਿੰਘ ASI ਨੇ ਮੇਰੇ ਕੋ ਟੋਟਲ ਸੈਟਲਮੈਂਟ ਕਰਵਾਉਣੇ ਕੇ ਲੀਏ 6000 ਮੇਰੇ ਸੇ ਮੰਗਾ, ਜਿਸ ਮੇਂ ਸੇ ਮੈਨੇ ਮਜਬੂਰਨ ਮੇਂ 2000 ਉਸਕੋ ਦੇਣਾ ਪੜਾ ਉਸ ਟਾਈਮ ਪੇ। ਐਂਡ ਸੈਕਿੰਡਲੀ ਮੈਨੇ ਵੈਰੀ ਨੈਕਸਟ ਟਾਈਮ ਜੈਸੇ ਵੈਰੀ ਨੈਕਸਟ ਮੂਮੈਂਟ ਪੇ ਮੈਨੇ ਵਿਜੀਲੈਂਸ ਕੇ ਪਾਸ ਆਇਆ ਹੂੰ, ਇਹਨੋਨੇ ਜੋ ਵੀ ਮੇਰੀ ਰਿਪੋਰਟ ਲਿਖੀ ਸੀ ਔਰ ਉਸਕੇ ਪਾਸ ਸੈਕਿੰਡ ਡੇ ਕੇ ਲੀਏ ਹਮਾਰਾ ਫਾਈਨਲ ਹੁਆ ਥਾ ਕਿ ਜੋ ਇਨਸੇ ਪੈਸੇ ਦੂਸਰੇ ਦੀਏ ਜਾਏਂਗੇ ਰਘੁਵੀਰ ਸਿੰਘ ਕੋ, ਤੋ ਰਘੁਵੀਰ ਸਿੰਘ ਕੋ ਇਹਨੋਨੇ ਵਿਜੀਲੈਂਸ ਵਾਲੋ ਨੇ ਮੇਰੇ ਕੋ ਨੋਟ ਕੇ ਉੱਪਰ ਕਲਰ ਜੋ ਵੀ ਇਨਕੋ ਲਗਾਤੇ ਮਟੀਰੀਅਲ ਲਗਾਤੇ ਉਹ ਮਟੀਰੀਅਲ ਲਗਾ ਕੇ ਮੇਰੇ ਕੋ ਦੀਏ ਔਰ ਮੈਨੇ ਰਘੁਵੀਰ ਸਿੰਘ ਨੇ ਮੇਰੇ ਸੇ ਵਹੀ ਪੈਸੇ ਲੀਏ ਔਰ ਮੌਕਾ ਵਾਰਦਾਤ ਪੇ ਪਕੜੇ ਗਏ। ਉਧਰ ਕਾਬੂ 'ਚ ਆਏ ਪੁਲਿਸ ਅਧਿਕਾਰੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਮੇਰੇ ਨਾਲ ਬਿਲਕੁਲ ਇਹ ਧੱਕਾ ਹੋਇਆ, ਮੈਂ ਦੇਈ ਨੇ ਉੜੀਸਾ ਦਾ ਸੀਗਾ ਮੁੰਡਾ ਕਿਸ਼ੋਰ ਕੁਮਾਰ, ਉਹਨੇ 1,75,000 ਰੁਪਏ ਦੀ ਦਰਖਾਸਤ ਦਿੱਤੀ ਕਿ ਮੈਂ ਰਵਿੰਦਰ ਕੁਮਾਰ ਕੋਲੋਂ ਲੈਣੇ ਪੈਸੇ, ਜਿਹਨਾਂ ਦਾ ਮੈਂ 1,65,000 ਰੁਪਏ ਦੇ ਵਿੱਚ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ। 45,000 ਰਵਿੰਦਰ ਸਿੰਘ ਸੀਗਾ ਜਿਹੜਾ ਕੰਪਲੇਨੈਂਟ ਸੀਗਾ, ਇਹਨਾਂ ਦਾ ਕੋਈ ਲੈਣ ਦੇਣ ਸੀਗਾ, ਇਹਦੇ ਖਿਲਾਫ਼ ਦਰਖਾਸਤ ਸੀਗੀ ਮੂਨਕੰਡ ਥਾਣੇ 'ਚ, ਜਿਹਦੇ ਸੰਬੰਧ ਵਿੱਚ ਜਿਹੜਾ ASI ਰਘਵੀਰ ਸਿੰਘ ਸੀ ਉਹ ਇਹਦਾ ਰਾਜੀਨਾਮਾ ਕਰਾਉਣ 'ਤੇ 6000 ਰੁਪਈਆ ਮੰਗਦਾ ਸੀਗਾ, ਜਿਹੜਾ ਕਿ 2000 ਰੁਪਈਆ ਇਹਨੇ ਕੱਲ੍ਹ ਉਹਨੂੰ ਦੇ ਤਾ ਇਹਦੇ ਦੱਸਣ ਮੁਤਾਬਕ ਜਿਹੜਾ ਮਦਈ ਆ, ਅਤੇ 4000 ਜਿਹੜਾ ਇਹ ਕੱਲ੍ਹ ਸਾਡੇ ਕੋਲ ਆਇਆ ਸਾਨੂੰ ਇਹਨੇ ਦੱਸਿਆ ਵੀ ਮੇਰੇ ਕੋਲ 4000 ਰੁਪਈਆ ਹੋਰ ਮੰਗਦਾ, ਅਤੇ ਅੱਜ ਦਾ ਜਿਹੜਾ ਉਹਨੂੰ ਟਾਈਮ ਦਿੱਤਾ ਸੀਗਾ ਜਿਹੜਾ ਕਿ ਇਹ ਸਾਡੇ ਕੋਲ ਆਇਆ ਸੀ ਇਹਨੂੰ ਨੋਟਾਂ ਦੇ ਨੰਬਰ ਨੋਟ ਕਰਕੇ ਫਰਦ ਬਣਾ ਕੇ ਗਵਾਹਾਂ ਦੇ ਸਾਹਮਣੇ ਅਤੇ ਸਾਰਾ ਇਹਨੂੰ ਦੇ ਦਿੱਤਾ, ਜਦੋਂ ਉਹਨੇ ਉਹਨੂੰ ਜਾ ਕੇ ਰਿਸ਼ਵਤ ਬਤੌਰ ਰਿਸ਼ਵਤ 4000 ਰੁਪਈਆ ਦਿੱਤਾ ਅਤੇ ਇਹਨੂੰ ਫੜ ਕੇ ਰਿਕਵਰ ਕਰ ਲਿਆ। ਪਠਾਨਕੋਟ ਤੋਂ ਜਤਿਨ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।